ਹਾਂਜੀ ਬੇਟਾ ਅੱਜ ਆਪਾਂ ਫਿਰੋਜ਼ ਦਿਨ ਸ਼ਰਫ ਬਾਰੇ ਪੜਾਂਗੇ ਸਾਹਿਤ ਮਾਲਾ ਦਾ ਕਵੀਤਾ ਭਾਗ ਹੈ 1898 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ 1955 ਈਸਵੀ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਸੀ ਬਾਬੂ ਫਿਰੋਜ਼ ਦਿਨ ਸ਼ਰਫ ਫਿਰੋਜ਼ ਦਿਨ ਸ਼ਰਫ ਜੀ ਦਾ ਜਨਮ ਰਾਜਾ ਸੰਸੀ ਜ਼ਿਲ੍ਹਾ ਅੰਮ੍ਰਿਤਸਰ ਦੇ ਨੇੜੇ ਪਿੰਡ ਤੋਲਾ ਨਗਲ ਵਿੱਚ ਖਾਨ ਵੀਰੂ ਖਾਨ ਦੇ ਘਰ ਹੋਇਆ ਆਪ ਦਾ ਬਚਪਨ ਪਿੰਡ ਵਿੱਚ ਗੁਜ਼ਰਿਆ ਪਿਤਾ ਦਾ ਦਿਹਾਂਤ ਹੋਣ ਕਾਰਨ ਆਪ ਦੀ ਪੜ੍ਹਾਈ ਵਿੱਚੇ ਛੱਡਣੀ ਪਈ ਪਰ ਆਪ ਦਾ ਕਵਿਤਾ ਸੁਣਨ ਤੇ ਪੜ੍ਹਨ ਦਾ ਸ਼ੌਂਕ ਜਾਰੀ ਰਿਹਾ ਉਹਨਾਂ ਨੂੰ ਕਵਿਤਾਵਾਂ ਪੜ੍ਹਨ ਤੇ ਸੁਣਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ 14-15 ਸਾਲ ਦੀ ਉਮਰ ਵਿੱਚ ਆਪ ਦੀ ਉਮਰ ਵਿੱਚ ਹੀ ਆਪ ਨੇ ਕਵਿਤਾ ਲਿਖਣੀ ਅਤੇ ਸ਼ੁਰੂ ਕਰ ਦਿੱਤੀ ਕਿੰਨੀ ਉਮਰ ਵਿੱਚ ਲਿਖਣੀ ਸ਼ੁਰੂ ਕਰ ਦਿੱਤੀ 14-15 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਵਿੱਚੋਂ ਬੇਟਾ ਤੁਹਾਨੂੰ ਸ਼ਾਰਟ ਕੁਐਸਚਨ ਵੀ ਆ ਸਕਦੇ ਨੇ ਆਪ ਨੂੰ ਪੰਜਾਬੀ ਬੋਲੀ ਨਾਲ ਬਹੁਤ ਪਿਆਰ ਸੀ ਜੋ ਆਪ ਜੀਆਂ ਇਸ ਵਿਸ਼ੇ ਤੇ ਲਿਖੀਆਂ ਕਵਿਤਾਵਾਂ ਤੋਂ ਪੱਲੀ ਪਾਂਤ ਸਪਸ਼ਟ ਹੈ ਜਿਹੜੀਆਂ ਕਵਿਤਾਵਾਂ ਲਿਖੀਆਂ ਹੋਈਆਂ ਨੇ ਫਿਰੋਜ਼ਦੀਨ ਸ਼ਰਫ ਨੇ ਉਹ ਜਦੋਂ ਆਪਾਂ ਕਵਿਤਾਵਾਂ ਨੂੰ ਪੜਾਂਗੇ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਕਿੰਨਾ ਪਿਆਰ ਸੀ ਆਪ ਜੀਆਂ ਲਗਭਗ 31 ਪੁਸਤਕਾਂ ਮਿਲਦੀਆਂ ਹਨ ਕਿੰਨੀਆਂ ਪੁਸਤਕਾਂ ਮਿਲਦੀਆਂ ਨੇ ਬੇਟਾ 31 ਪੁਸਤਕਾਂ ਇਹਨਾਂ ਨੂੰ ਅੰਡਰਲਾਈਨ ਕਰ ਲਿਓ ਠੀਕ ਹੈ ਜਿਨ੍ਹਾਂ ਵਿੱਚੋਂ ਸ਼ਰਫ ਸੁਨੇਹੇ ਸ਼ਰਫ ਦੇ ਗੀਤ ਜੋਗਨ ਹੀਰ ਸਿਆਲ ਇਹ ਕਿਹ ਨਾਟਕ ਹੈ ਆਦੇ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈਗਾ ਹੁਣ ਬੇਟਾ ਅੱਗੇ ਆਪਾਂ ਉਹਨਾਂ ਦੀ ਕਵਿਤਾ ਪੜਾਂਗੇ ਮੈਂ ਪੰਜਾਬੀ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀ ਢੰਗ ਦਾ ਹਾਂ ਇਹਦੇ ਵਿੱਚ ਕਵੀ ਕਹਿੰਦਾ ਹੈ ਬੇਟਾ ਮੈਂ ਪੰਜਾਬ ਦਾ ਨਿਵਾਸੀ ਹਾਂ ਭਾਵੇਂ ਮੈਂ ਪਿੰਡੂ ਆ ਪਰ ਮੈਂ ਸ਼ਹਿਰੀਆਂ ਦੀ ਤਰ੍ਹਾਂ ਸ਼ਹਿਰੀ ਢੰਗ ਦੇ ਨਾਲ ਆਪਣੇ ਪਿੰਡ ਵਿੱਚ ਰਹਿੰਦਾ ਹਾਂ ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ ਉਹ ਕਹਿੰਦਾ ਵੀ ਮੈਨੂੰ ਮੈਂ ਫਾਰਸੀ ਅਤੇ ਅੰਗਰੇਜ਼ੀ ਖੂਬ ਸਮਝ ਅਤੇ ਬੋਲ ਸਕਦਾ ਹਾਂ ਪਰ ਅੰਗਰੇਜ਼ੀ ਵੀ ਥੋੜੀ-ਬਹੁਤੀ ਸਮਝ ਸਕਦਾ ਹਾਂ ਬੋਲੀ ਆਪਣੇ ਨਾਲ ਪਿਆਰ ਰੱਖਾਂ ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ ਪਰ ਮੈਂ ਇਹ ਗੱਲ ਬਿਨਾਂ ਸੰਕੋਚ ਕਹਿ ਸਕਦਾ ਹਾਂ ਕਿ ਮੈਂ ਆਪਣੀ ਮਾਂ ਬੋਲੀ ਪੰਜਾਬੀ ਨਾਲ ਬਹੁਤ ਪਿਆਰ ਕਰਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਚਦਾ ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਮੈਂ ਇਹਦੇ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਪੰਜਾਬ ਦੀ ਧਰਤੀ ਦਾ ਇੱਕ ਹਿੱਸਾ ਹਾਂ ਕਵੀ ਆਪਣੇ ਆਪ ਨੂੰ ਕਿਸੇ ਸੁਹਾਗਣ ਦੀ ਨੱਥ ਦਾ ਮੋਤੀ ਅਤੇ ਵੰਗ ਦਾ ਟੁਕੜਾ ਸਮਝਦਾ ਹੈ ਅਰਥਾਤ ਕਿ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਉਹ ਸਮਝਦਾ ਹੈ ਮੀਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ ਆਸ਼ਿਕ ਮੁੱਢੋਂ ਮੈਂ ਇਸ ਉਮੰਗਦਾ ਹਾਂ ਕਹਿੰਦਾ ਮੈਂ ਚਾਹੁੰਦਾ ਵੀ ਮੇਰੀ ਪੰਜਾਬੀ ਮਾਂ ਬੋਲੀ ਨੂੰ ਮੇਰੇ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਮਾਨ ਸਤਕਾਰ ਮਿਲੇ ਇਸੇ ਚੀਜ਼ ਦਾ ਹੈ ਹੀ ਆਸ਼ਿਕ ਹੈ ਮੈਂ ਮੁੱਢ ਤੋਂ ਸ਼ੁਰੂ ਤੋਂ ਹੀ ਇਸੇ ਚੀਜ਼ ਦੀ ਮੈਂ ਇੱਛਾ ਰੱਖਦਾ ਮੇਰੀ ਮਾਂ ਬੋਲੀ ਪੰਜਾਬੀ ਦਾ ਬਹੁਤ ਜ਼ਿਆਦਾ ਸਤਿਕਾਰ ਵਧੇ ਵਾਰੇ ਸ਼ਾ ਤੇ ਬੁੱਲੇ ਦੇ ਰੰਗ ਅੰਦਰ ਡੋਵ ਡੋਵ ਕੇ ਜ਼ਿੰਦਗੀ ਰੰਗਦਾ ਹਾਂ ਕਵੀ ਇਸ ਦੇ ਵਿੱਚ ਕਹਿੰਦਾ ਹੈ ਕਿ ਮੈਂ ਵਾਰਿਸ ਸ਼ਾਹ ਦੀ ਤਰ੍ਹਾਂ ਤੇ ਬੁੱਲੇ ਸ਼ਾਹ ਦੀ ਤਰ੍ਹਾਂ ਪੰਜਾਬੀ ਨੂੰ ਬਹੁਤ ਪਿਆਰ ਕੀਤਾ ਹੈ ਤੇ ਉਹਨਾਂ ਦੀ ਤਰ੍ਹਾਂ ਹੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਰੰਗ ਨੂੰ ਰੰਗਦਾ ਹਾਂ ਰਵਾ ਇੱਥੇ ਤੇ ਯੂਪੀ ਵਿੱਚ ਕਰਾਂ ਗੱਲ ਐਸੀ ਅਕਲ ਨੂੰ ਚਿੱਕੇ ਟੰਗਦਾ ਹਾਂ ਕਹਿੰਦਾ ਰਹਿ ਤਾਂ ਮੈਂ ਪੰਜਾਬ ਦੇ ਰਹਿ ਵਿੱਚ ਰਿਹਾ ਪੰਜਾਬ ਦੀ ਮਾਂ ਬੋਲੀ ਕਿਹੜੀ ਹੈ ਪੰਜਾਬੀ ਹੈ ਪਰ ਮੈਂ ਕੀ ਇੱਥੇ ਹਿੰਦੀ ਬੋਲਾਂ ਐਸੀ ਅਕਲ ਐਸੀ ਲੋਕਾਂ ਨੂੰ ਮੈਂ ਚਿੱਕੇ ਤੇ ਟੰਗਦਾ ਹਾਂ ਉਹਨਾਂ ਨੂੰ ਮੈਂ ਚੰਗਾ ਨਹੀਂ ਸਮਝਦਾ ਹੈਗਾ ਜਿਹੜੇ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਹਿੰਦੀ ਬੋਲਦੇ ਨੇ ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਇਸ ਦੇ ਵਿੱਚ ਕਵੀ ਕਹਿੰਦਾ ਮੈਂ ਪੰਜਾਬੀ ਹਾਂ ਤੇ ਪੰਜਾਬ ਦਾ ਸੇਵਾਦਾਰ ਹਾਂ ਹਮੇਸ਼ਾ ਪੰਜਾਬੀ ਮਾਂ ਬੋਲੀ ਦੀ ਤਰੱਕੀ ਲਈ ਮੈਂ ਦੁਆ ਕਰਦਾ ਹਾਂ ਅਗਰ ਨੈਕਸਟ ਕਵਿਤਾ ਬੇਟਾ ਮਾਂ ਦਾ ਦਿਲ ਮਾਂ ਛਾਂ ਜ਼ਿੰਦਗੀ ਦੇ ਨਿਕੜੇ ਜਿਹੇ ਦਿਲ ਵਿੱਚ ਸੋ ਮਾਂ ਉਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ ਇਸ ਦੇ ਵਿੱਚ ਕਵੀ ਕਹਿੰਦਾ ਕਿ ਮਾਂ ਆਪਣੇ ਬੱਚੇ ਦੀ ਜ਼ਿੰਦਗੀ ਨੂੰ ਛਾਂ ਦੇਣ ਵਾਲੀ ਹੁੰਦੀ ਹੈ ਠੀਕ ਹੈ ਉਸ ਦੇ ਨਿੱਕੇ ਜਿਹੇ ਦਿਲ ਦੇ ਵਿੱਚ ਪਰਮਾਤਮਾ ਨੇ ਪਿਆਰ ਦਾ ਸੋਮਾ ਪ੍ਰਗਟ ਕੀਤਾ ਹੁੰਦਾ ਤੇ ਅੱਜ ਤੀਕਣ ਜਿਹਦਾ ਕਿਸੇ ਥਾ ਤਲਾ ਨਹੀਂ ਲੱਭਾ ਮਾਰ ਮਾਰ ਪੁੱਬੀਆਂ ਹੈ ਸਾਰਾ ਜੱਗ ਹਾਰਿਆ ਕਹਿੰਦੇ ਮਾਂ ਦੀ ਮਮਤਾ ਇੱਕ ਅਜੀਹਾ ਅਥਾ ਸਮੁੰਦਰ ਹੈ ਜਿਸ ਦਾ ਪਸਾਰਾ ਰੱਬ ਨੇ ਚਾਰੇ ਪਾਸੇ ਕੀਤਾ ਹੋਇਆ ਹੈ ਮਾਂ ਦਾ ਜਿਹੜਾ ਪਿਆਰ ਹੈ ਉਹਦੀ ਡੰਗਾਈ ਨੂੰ ਅਜੇ ਤੱਕ ਕੋਈ ਹਿਸਾਬ ਕਿਤਾਬ ਨਹੀਂ ਮਿਲਿਆ ਕੋਈ ਨਹੀਂ ਉਹਨੂੰ ਜਾਣ ਸਕਿਆ ਵੀ ਮਾਂ ਦਾ ਪਿਆਰ ਹੈ ਜਿਹੜੀ ਮਾਂ ਦੀ ਮਮਤਾ ਉਹ ਕਿੰਨੀ ਕੂ ਆ ਉਹ ਵੱਡੇ ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜ਼ੋਰ ਲਾ ਕੇ ਮਾਂ ਦੇ ਦਿਲ ਵਾਲਾ ਫੋਟੋ ਹੈ ਉਤਾਰਿਆ ਵੱਡੇ ਵੱਡੇ ਕਹਿੰਦੇ ਸ਼ਾਇਰ ਹੋਏ ਨੇ ਕਵੀ ਹੋਏ ਨੇ ਲਿਖਾਰੀ ਹੋਏ ਨੇ ਉਹਨਾਂ ਨੇ ਪੂਰਾ ਜ਼ੋਰ ਲਾ ਲਿਆ ਮਾਂ ਦੀ ਮਮਤਾ ਨਾਲ ਸੰਬੰਧਿਤ ਕਿਸੇ ਕਹਾਣੀਆ ਨਾਵਲ ਨਾਟਕ ਲਿਖੇ ਪਰ ਕੀ ਹੈ ਮਾਂ ਦਾ ਜਿਹੜਾ ਆਪਣੇ ਬੱਚਿਆਂ ਨਾਲ ਪਿਆਰ ਕਰ ਪਿਆਰ ਕਰਨ ਦਾ ਚਿੱਤਰ ਆ ਉਹਨਾਂ ਨੇ ਸਿਰਫ ਪੇਸ਼ ਕੀਤਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਮਾਂ ਦੀ ਮਮਤਾ ਜਿਹੜੀ ਉਹ ਕਿੰਨੀ ਗੂ ਹੈ ਮੈਂ ਵੀ ਤਸਵੀਰ ਇੱਕ ਨਿੱਕੀ ਜਿਹੀ ਵਿਖਾ ਲੈਣਾ ਹਾਂ ਸ਼ਾਇਰੇ ਦੇ ਰੰਗ ਨਾਲ ਜਿਹਨੂੰ ਮੈਂ ਸਵਾਰਿਆ ਇਹਦੇ ਵਿੱਚ ਕਵੀ ਕੀ ਕਹਿ ਰਿਹਾ ਹੈ ਕਵੀ ਲਿਖਦਾ ਹੈ ਕਿ ਅੱਜ ਮੈਂ ਵੀ ਤੁਹਾਨੂੰ ਆਪਣੀ ਮਾਂ ਦੇ ਪਿਆਰ ਦੀ ਇੱਕ ਨਿੱਕੀ ਜਿਹੀ ਤਸਵੀਰ ਪੇਸ਼ ਕਰਨ ਦੇ ਰਿਹਾ ਜਿਸ ਦੇ ਵਿੱਚ ਕੀ ਹੈ ਜਿਸ ਨੂੰ ਮੈਂ ਸ਼ਾਇਰ ਦੇ ਢੰਗ ਨਾਲ ਸ਼ਿੰਗਾਰਿਆ ਹੈ ਸਹਿਕ ਸਹਿਕ ਪੁੱਤ ਲੱਭਾਂ ਇੱਕ ਮਾਂ ਤਤੜੀ ਨੂੰ ਲੱਖ ਲੱਖ ਸ਼ੁਕਰ ਉਹਨੇ ਰੱਬ ਦਾ ਗੁਜ਼ਾਰਿਆ ਕਵੀ ਕਹਿੰਦਾ ਕਿ ਰੱਬ ਦੇ ਤਰਲੇ ਮਿੰਤਾ ਕਰਕੇ ਉਸ ਬਦਕਿਸਮਤ ਮਾਂ ਇੱਕ ਮਾਂ ਜਿਹੜੀ ਕੀ ਆ ਉਹ ਆਪਣੇ ਪੁੱਤਰ ਦੀ ਪ੍ਰਾਪਤੀ ਲਈ ਕੀ ਲੱਖਾਂ ਸੁੱਖਾਂ ਸੁਖ ਦੀ ਹੈ ਜਦੋਂ ਉਹਨੂੰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਫਿਰ ਉਹ ਬਹੁਤ ਜ਼ਿਆਦਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੀ ਹੈ ਹੁੰਦੇ ਤਾਣ ਪੁੱਤ ਨੂੰ ਨਾਲ ਬਾਤ ਤੱਤੀ ਪਹੁੰਚ ਦਿੱਤੀ ਦੁੱਖ ਵੇਲੇ ਉਹਨੇ ਹਿੱਕ ਆਪਣੇ ਨੂੰ ਠਾਰਿਆ ਜਦੋਂ ਉਹਦਾ ਪੁੱਤਰ ਹੋਇਆ ਸੀਗਾ ਠੀਕ ਹੈ ਤਾਂ ਉਹਨੇ ਕੀ ਹੈ ਆਪਣੇ ਪੁੱਤਰ ਨੂੰ ਕੀ ਹੈ ਕੋਈ ਤਕਲੀਫ ਨਹੀਂ ਆਉਣ ਦਿੱਤੀ ਹੈਗੀ ਉਹਨੂੰ ਕੋਈ ਤਤੀਬਾ ਨਹੀਂ ਆਉਣ ਲੱਗਣ ਦਿੱਤੀ ਹੈਗੀ ਤੇ ਦੁੱਖ ਵੇਲੇ ਜਦੋਂ ਨੂੰ ਕੋਈ ਦੁੱਖ ਹੋਇਆ ਤਾਂ ਉਸ ਵੇਲੇ ਉਸਨੇ ਆਪਣੇ ਪੁੱਤਰ ਨੂੰ ਆਪਣੇ ਕਲੇਜੇ ਦੇ ਨਾਲ ਲਾ ਲਿਆ ਜਿਸ ਨਾਲ ਕੀ ਉਹਨੇ ਉਸ ਦੇ ਜਿਹੜੇ ਦੁੱਖ ਸੀ ਸਾਰੇ ਆਪਣੇ ਖਿੜੇ ਮੱਥੇ ਸਹਾਰ ਲਏ ਦਿਨਾਂ ਦੇ ਮਹੀਨੇ ਦਿਨਾਂ ਦੇ ਮਹੀਨੇ ਤੇ ਮਹੀਨਿਆਂ ਦੇ ਦੇ ਬਰੇ ਬੀਤੇ ਬੈਠਾ ਫੇਰ ਰੇੜਿਆ ਤੁਰਾਇਆ ਤੇ ਖਲਾਰਿਆ ਕਹਿੰਦੇ ਜਦੋਂ ਦਿਨ ਮਹੀਨੇ ਬੀਤ ਗਏ ਵਰੇ ਬੀਤ ਗਏ ਪਹਿਲਾਂ ਜਦੋਂ ਛੋਟਾ ਹੁੰਦਾ ਬੱਚਾ 6 ਮਹੀਨੇ ਦਾ ਉਦੋਂ ਬੈਠਣ ਲੱਗਦਾ ਫਿਰ ਰੁੜਦਾ ਫਿਰ ਹੌਲੀ ਹੌਲੀ ਤੁਰਦਾ ਤੇ ਫਿਰ ਉਹ ਖੜਾ ਹੋਣਾ ਸਿੱਖ ਜਾਂਦਾ ਦੇ ਦੇ ਵਾਰ-ਵਾਰ ਲੋਰੀਆਂ ਮੁਹੱਬਤਾਂ ਅਸੀਸਾਂ ਵਾਲੇ ਮਾਂ ਨੇ মুনਾਰਾ ਖੁਸ਼ੀ ਆਸ ਦਾ ਉਸਾਰਿਆ ਫਿਰ ਉਸ ਤੋਂ ਬਾਅਦ ਕੀ ਹੈ ਮਾਂ ਨੇ ਸੁੱਖਾਂ ਸੁੱਖ ਕੇ ਜਿਹੜਾ ਆਪਣਾ ਪੁੱਤਰ ਪ੍ਰਾਪਤ ਕੀਤਾ ਸੀ ਉਹਨੂੰ ਬਹੁਤ ਸਾਰੀਆਂ ਲੋਰੀਆਂ ਦਿੱਤੀਆਂ ਜਿਸ ਵਿੱਚ ਉਸ ਨੇ ਆਪਣੀਆਂ ਅਸੀਸਾਂ ਤੇ ਮੁਹੱਬਤਾਂ ਦੇ ਜਿਹੜੇ ਕਿਸੇ ਉਹ ਭੰਡਾਰ ਉਹਨੇ ਖੋਲ ਦਿੱਤੇ ਤੇ ਉਸਨੇ ਆਪਣੇ ਪੁੱਤਰ ਦੀਆਂ ਖੁਸ਼ੀਆਂ ਦੇ ਲਈ ਹੀ ਆਸਾਂ ਦੇ ਮਹਿਲ ਖੜੇ ਕਰਨਾ ਸ਼ੁਰੂ ਕਰ ਦਿੱਤੇ ਮਾਂ ਨੇ মুনਾਰਾ ਖੁਸ਼ੀ ਆਸ ਦਾ ਉਸਾਰਿਆ ਕਿ ਹੈ ਆਪਣੇ ਜਿਹੜੀ ਮਾਂ ਨੇ ਮਾਂ ਨੇ ਆਪਣੇ ਪੁੱਤਰ ਦੀਆਂ ਖੁਸ਼ੀਆਂ ਦੇ ਲਈ ਆਸਾਂ ਦੇ ਮਹਿਲ ਖੜੇ ਕਰਨਾ ਸ਼ੁਰੂ ਕਰ ਦਿੱਤੇ ਮੇਰਾ ਪੁੱਤਰ ਵੱਡਾ ਹੋਏਗਾ ਫਿਰ ਉਹਨੂੰ ਮੈਂ ਵਿਆਹ ਹੂੰਗੀ ਠੀਕ ਹੈ ਇਹ ਗੱਲਾਂ ਫੁੱਟ ਪਈ ਅੰਗੂਰੀ ਕੱਕੀ ਗੋਰੇ-ਗੋਰੇ ਮੁਖੜੇ ਤੇ ਫਿਰ ਜਦੋਂ ਉਹ ਥੋੜਾ ਜਵਾਨ ਹੋਇਆ ਫਿਰ ਉਸ ਦੇ ਮੁਖੜੇ ਤੇ ਕੀ ਹੈ ਕੱਕੀ ਕੀ ਹੁੰਦੀ ਹੈ ਬੇਟਾ ਪੂਰੇ ਰੰਗ ਦੀ ਦਾੜੀ ਹੈ ਜਿਹੜੀ ਕਿ ਹੌਲੀ-ਹੌਲੀ ਉਸ ਦੇ ਚਿਹਰੇ ਤੇ ਆਉਣੀ ਸ਼ੁਰੂ ਹੋ ਗਈ ਫੁੱਲਾਂ ਵਾਂਗੂ ਆਣ ਕੇ ਜਵਾਨੀ ਨੇ ਸ਼ਿੰਗਾਰੇ ਫੁੱਲਾਂ ਦੇ ਵਾਂਗੂ ਉਸ ਦੀ ਜਿਹੜੀ ਜਵਾਨੀ ਸੀ ਉਹਨੇ ਸ਼ਿੰਗਾਰੇ ਆ ਸੱਦਰਾ ਮੁਰਾਦਾਂ ਵਾਲੇ ਦਿਨ ਜਦੋਂ ਨੇੜੇ ਟੁੱਕੇ ਹੋਣੇ ਹੋਰਾਂ ਆਣ ਉਦੋਂ ਚੀਣਾ ਇਹ ਖਿਲਾ ਰਿਆ ਜਦੋਂ ਕੀ ਹੈ ਉਹਦੀ ਜਦੋਂ ਹੌਲੀ-ਹੌਲੀ ਦੀ ਜਵਾਨੀ ਚੜ੍ਹਦੀ ਗਈ ਉਹਦੀ ਸੁੰਦਰਤਾ ਹੋਰ ਜ਼ਿਆਦਾ ਵੱਧ ਗਈ ਫਿਰ ਆਸਾ ਮੁਰਾਦਾਂ ਵਾਲੇ ਇੱਕ ਦਿਨ ਜਦੋਂ ਨਜ਼ਦੀਕ ਆਉਣੇ ਸ਼ੁਰੂ ਹੋ ਗਏ ਭਾਵਕੀ ਉਹਦੇ ਪੁੱਤਰ ਨੂੰ ਵਿਆਹਣ ਦੀਆਂ ਜਿਹੜੀਆਂ ਕੀ ਨੇ ਮਾਂਦਿਆਂ ਆਸਾਂ ਲਾਈਆਂ ਹੋਈ ਸੀ ਉਹ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਨਾਲ ਕੀ ਸੀ ਜਦੋਂ ਉਹਦਾ ਪੁੱਤਰ ਦੇ ਵਿਆਹ ਹੋਣਾ ਸੀਗਾ ਤਾਂ ਉਹਦੇ ਕੀ ਉਸ ਵਕਤ ਕੀ ਜਿਹੜੀ ਹੋਣੀ ਸੀਗੀ ਆਪਣੇ ਝਗੜੇ ਫਸਾਦਾਂ ਨਾਲ ਉਹਨੇ ਮੁੱਢ ਬੰਨਣਾ ਸ਼ੁਰੂ ਕਰ ਦਿੱਤਾ ਤੁਰੇ-ਤੁਰੇ ਜਾਂਦੇ ਨੂੰ ਖੁਲੋਤੀ ਇੱਕ ਸੁੰਦਰੀ ਨੇ ਖਿੱਚ ਕੇ ਦੁਗਾੜਾ ਖੁਨੀ ਨੈਣਾ ਵਿੱਚੋਂ ਮਾਰਿਆ ਦੁਗਾੜਾ ਕੀ ਹੁੰਦਾ ਬੇਟਾ ਇੱਕ ਬੰਦੂਕ ਦੇ ਵਿੱਚੋਂ ਜਿਹੜੀਆਂ ਦੋ ਗੋਲੀਆਂ ਇਕੱਠੀਆਂ ਚੱਲਣ ਠੀਕ ਹੈ ਉਹਨੂੰ ਕਹਿੰਦੇ ਨੇ ਦੁਗਾੜਾ ਬੋਲਦੇ ਨੇ ਜਦੋਂ ਇੱਕ ਵਾਰ ਰਸਤੇ ਦੇ ਵਿੱਚ ਜਾ ਰਿਹਾ ਤਾਂ ਉੱਥੇ ਇੱਕ ਸੁੰਦਰੀ ਕੁਮਟਿਆਰ ਖੜੀ ਹੈ ਠੀਕ ਹੈ ਉਹਨੇ ਕੀ ਹੈ ਆਪਣੇ ਨੈਣਾ ਦੇ ਨਾਲ ਕੀ ਹੈ ਉਸ ਨੂੰ ਆਪਣੇ ਆਪਣੇ ਨੈਣਾ ਦੇ ਨਾਲ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਖੂਨੀ ਵਾਰ ਕੀਤਾ ਉਹ ਤੇ ਤੇ ਜਿਹੜਾ ਉਹ ਕੀ ਸੀ ਗੱਭਰੂ ਸੀਗਾ ਨੌਜਵਾਨ ਸੀ ਜਿਹੜਾ ਮਾਂ ਨੇ ਸੁੱਖਾਂ ਸੁੱਖ ਕੇ ਆਪਣਾ ਪੁੱਤਰ ਲਿਆ ਸੀਗਾ ਤਾਂ ਉਹ ਕੀ ਹੈ ਮੁਟਿਆਰ ਦੇ ਹੁਸਨ ਦਾ ਉਹ دیਵਾਨਾ ਹੋ ਗਿਆ ਕਾਲੇ ਕਾਲੇ ਵਾਲਾਂ ਦੀਆਂ ਕੁੰਡਲਾਂ ਤੇ ਵਾਲਾਂ ਵਿੱਚ ਚੰਦ ਪੁੱਤ ਮਾਂ ਦਾ ਇਹ ਗਿਆ ਪਰਵਾਰਿਆ ਤਾਂ ਉਸ ਦੇ ਕਾਲੇ ਕਾਲੇ ਵਾਲ ਦੇਖ ਕੇ ਉਸ ਦੀ ਉਹ ਖੂਸੂਰਤੀ ਦੇਖ ਕੇ ਕੀ ਹੈ ਉਸ ਜਿਹੜਾ ਮਾਂ ਦਾ ਪੁੱਤਰ ਹੈ ਉਹ ਪੂਰੀ ਤਰ੍ਹਾਂ ਉਹਦੇ ਖੂਬਸੂਰਤੀ ਦੇ ਵਿੱਚ ਜਕੜਿਆ ਗਿਆ ਤੇ ਉਸ ਮੁਟਿਆਰ ਉਸ ਮੁਟਿਆਰ ਨਾਲ ਉਹ ਕੀ ਹੈ ਪਿਆਰ ਪਾ ਬੈਠਿਆ ਬਿੱਟ-ਬਿੱਟ ਵਹਿੰਦੇ ਉਹਨੂੰ ਉਸ ਨਾਰੀ ਪੁੱਛਿਆ ਇਹ ਇੱਥੇ ਕਿਉਂ ਖਲੋ ਰਿਹਾ ਹੈ ਇਦਾਂ ਤੋਂ ਵਿਚਾਰਿਆ ਉਹ ਬਿੱਟ-ਬਿੱਟ ਜਦੋਂ ਉਹ बार-बार ਉਹ ਜਿਹੜਾ ਨੌਜਵਾਨ ਹੈ ਮੁਟਿਆਰ ਵੱਲ ਦੇਖ ਰਿਹਾ ਤਾਂ ਉਹ ਮੁਟਿਆਰ ਹੈ ਜਿਹੜੀ ਉਹਨੂੰ ਪੁੱਛਦੀ ਹੈ ਵੀ ਤੂੰ ਇੱਥੇ ਕਿਉਂ ਖੜਾ ਰਸਤੇ ਦੇ ਵਿੱਚ ਇਦਾਂ ਕਿਉਂ ਖੜਾ ਹੈ ਤੂੰ ਕਿਉਂ ਦੇਖ ਰਿਹਾ ਮੇਰੇ ਵੱਲ ਅੱਖੀਆਂ ਨੂੰ ਪੁੰਚਦੇ ਨੇ ਦਿੱਤਾ ਇਹੋ ਜਵਾਬ ਅਗੋ ਤੇਰੀ ਮੂਣੀ ਮੂਰਤ ਉਤੋਂ ਮੈਂ ਹਾਂ ਗਿਆ ਵਾਰਿਆ ਫਿਰ ਉਹਨੇ ਅੱਖਾਂ ਪੁੰਝਦੇ ਨੇ ਇਹ ਜਵਾਬ ਦਿੱਤਾ ਵੀ ਜਿਹੜੀ ਤੇਰੀ ਸੋਹਣੀ ਸੂਰਤ ਹੈ ਇਸ ਤੋਂ ਮੈਂ ਕੁਰਬਾਨ ਹੋ ਗਿਆ ਹੁਣ ਮੈਂ ਤੇਰੇ ਤੋਂ ਬਿਨਾਂ ਜਿਉਣਾ ਨਹੀਂ ਰਹਿ ਸਕਦਾ ਹੈਗਾ ਅੱਖਿਓਂ ਪਰੋਖੇ ਹੋਣਾ ਮੁਖ ਤੇਰਾ ਮੌਤ ਮੇਰੀ ਸੋਮਾ ਹੈ ਇਹ ਜ਼ਿੰਦਗੀ ਦਾ ਦਰਸ਼ ਤੇਰਾ ਧਾਰਿਆ ਉਹ ਕਬੀ ਕਹਿ ਰਿਹਾ ਹੈ ਵੀ ਉਸ ਹੂਣੀ ਰੂਪੀ ਜਿਹੜੀ ਮੁਟਿਆਰ ਦੇ ਪਿਆਰ ਵਿੱਚੋਂ ਜਿਹੜਾ ਨੌਸਵਾਨ ਉਹ ਪਾਗਲ ਹੋਇਆ ਹੈ ਠੀਕ ਹੈ ਤਾਂ ਨੌਜਵਾਨ ਨੂੰ ਕਹਿੰਦਾ ਵੀ ਮੈਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ ਹੈਗਾ ਤੇਰੇ ਤੋਂ ਬਿਨਾ ਮੈਂ ਆਪਣੀ ਜ਼ਿੰਦਗੀ ਨਹੀਂ ਜਿਉ ਸਕਦਾ ਹੈ ਬੋਲੀ ਮੁਟਿਆਰ ਅੱਗੋਂ ਪਿਆਰ ਦੇ ਪੁਜਾਰੀ ਆਵੇ ਮੈਂ ਵੀ ਤੈਨੂੰ ਥੋੜਾ ਜਿਹਾ ਚਾਹਨੀ ਆ ਵੰਗਾਰਿਆ ਉਸ ਤੋਂ ਬਾਅਦ ਮੁਟਿਆਰ ਬੋਲੀ ਹੈ ਵੀ ਪਿਆਰ ਦੇ ਪੁਜਾਰੀ ਆ ਬਿਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਵੀ ਮੈਂ ਵੀ ਥੋੜਾ ਥੋੜਾ ਤੈਨੂੰ ਚਾਹਨੀ ਆ ਉਹ ਚੁਣੌਤੀ ਦਿੰਦੀ ਆ ਆਪਣੇ ਪਿਆਰ ਦੀ ਕੱਢ ਕੇ ਲਿਆਵੇਂ ਜੇ ਤੂੰ ਦਿਲ ਮਾਂ ਆਪਣੇ ਦਾ ਲਾਵਾਂ ਈ ਮੈਂ ਤੇਰੇ ਨਾਲ ਲੇ ਲਾਂਗੀ ਕਵਾਰਿਆ ਕਹਿੰਦੀ ਉਹ ਉਹਨੂੰ ਚੁਣੌਤੀ ਦਿੰਦੀ ਹੈ ਵੀ ਮੈਂ ਤੇ ਉਹਦੇ ਪਿਆਰ ਨੂੰ ਪਰਖਣਾ ਚਾਹੁੰਦੀ ਹਾਂ ਵੀ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ ਤਾਂ ਉਹ ਕਹਿੰਦੀ ਹੈ ਵੀ ਤੂੰ ਆਪਣੀ ਮਾਂ ਦਾ ਦਿਲ ਜਿਹੜਾ ਕੱਢ ਕੇ ਲੈ ਕੇ ਆ ਫਿਰ ਮੈਂ ਨਾਲ ਦੀ ਨਾਲ ਤੇਰੇ ਨਾਲ ਵਿਆਹ ਕਰ ਲਾਵਾਂਗੀ ਲਾਵਾਂ ਲੈ ਲਵਾਂਗੀ ਐਨੀ ਗੱਲ ਸੁਣੀ ਤੇ ਉਹ ਨਸਾ ਨਸਾ ਘਰ ਆਇਆ ਐਨੀ ਗੱਲ ਸੁਣਨ ਸਾੜ ਜਿਹੜਾ ਨੌਜਵਾਨ ਸੀਗਾ ਉਹ ਕੀ ਹੈ ਭੱਜਿਆ ਭੱਜਿਆ ਦੌੜਿਆ ਆਪਣੇ ਘਰ ਆ ਗਿਆ ਆਣ ਸੁੱਤੀ ਮਾਂ ਦੇ ਕਲੇਜੇ ਸ਼ੁਰਾਂ ਮਾਰਿਆ ਸੁੱਤੀ ਹੋਈ ਮਾਂ ਦੇ ਉਹਨੇ ਆ ਕੇ ਕਲੇਜੇ ਦੇ ਵਿੱਚ ਤਿੱਖਾ ਸ਼ੂਰਾ ਜਿਹੜਾ ਕੀ ਉਹ ਚਾਕੂ ਮਾਰ ਦਿੱਤਾ ਸ਼ਗਨਾ ਦੀ ਮਹਿੰਦੀ ਜਿਹਨੇ ਹੱਥਾਂ ਉੱਤੇ ਲਾਉਣੀ ਸੀ ਘੋੜੀਆਂ ਸੁਹਾਗ ਗਾ ਕੇ ਚੰਨਾ ਮਾਈਆ ਤਾਰਿਆ ਸ਼ਗਨਾ ਦੀ ਮਹਿੰਦੀ ਜਿਹੜੀ ਮਾਂ ਨੇ ਆਪਣੇ ਹੱਥਾਂ ਦੇ ਨਾਲ ਆਪਣੇ ਨੌਜਵਾਨ ਪੁੱਤਰ ਦੇ ਸ਼ਗਨਾ ਦੀ ਹੱਥਾਂ ਤੇ ਮਹਿੰਦੀ ਲਾਉਣੀ ਸੀਗੀ ਘੋੜੀਆਂ ਗਾਉਣੇ ਸੀ ਸੁਹਾਗ ਦੇ ਗੀਤ ਗਾਉਣੇ ਸੀ ਚੰਨਾ ਮਾਈਆ ਤਾਰਿਆ ਇਹ ਸਾਰੇ ਗੀਤ ਗਾਉਣੇ ਸੀ ਉਹਨੇ ਲੋਕ ਗੀਤ ਗਾਉਣੇ ਸੀ ਉਹ ਸਾਰੇ ਕੀ ਆਉਦੇ ਤੋਂ ਆਸਾਂ ਸੀ ਜਿਹੜੀਆਂ ਮਾਂ ਦਿਓਂ ਧਰੀਆਂ ਧਰਾਈਆਂ ਰਹਿ ਗਈਆਂ ਅੱਜ ਉਹਦੀ ਰੱਤ ਵਿੱਚੋਂ ਹੱਥਾਂ ਨੂੰ ਹੰਗਾਲ ਕੇ ਤੇ ਵੇਖੋ ਖੂਨੀ ਪੁੱਤ ਨੇ ਪਿਆਰ ਕੀ ਨਿਤਾਰਿਆ ਅੱਜ ਉਹ ਸਾਰਾ ਕੁਝ ਉਹਦੇ ਹੱਥਾਂ ਦੇ ਵਿੱਚੋਂ ਨਿਕਲ ਗਿਆ ਜੋ ਦੀਆਂ ਆਸਾਂ ਧੀਆਂ ਮਾਂ ਦੀਆਂ ਸਭ ਟਹਿਟੇ ਰਹੀਆਂ ਹੋ ਗਈਆਂ ਤੇ ਪੁੱਤਰ ਨੇ ਆਪਣੀ ਮਾਂ ਦਾ ਖੂਨ ਕਰ ਦਿੱਤਾ ਆਪਣੇ ਪਿਆਰ ਦੇ ਵਾਸਤੇ ਉਹਨੇ ਆਪਣੀ ਮਾਂ ਆਪਣੀ ਮਾਂ ਦਾ ਕੀ ਆ ਉਹ ਖੂਨ ਕਰ ਦਿੱਤਾ ਕਤਲ ਕਰ ਦਿੱਤਾ ਉੜਕ ਉਥੋਂ ਉੱਠ ਨਸਾ ਦਿਲ ਲੈ ਕੇ ਮਾਂ ਦਾ ਉਹ ਉਹਦੇ ਲਈ ਜਿਹਦੇ ਲਈ ਕਹਿਰ ਸੀ ਗੁਜ਼ਾਰਿਆ ਕਵੀ ਕਹਿੰਦਾ ਹੈ ਕਿ ਅੰਤ ਵਿੱਚ ਉਸ ਕਲਜੂ ਦੇ ਪੁੱਤਰ ਨੇ ਤਿੱਖੇ ਚਾਕੂ ਦੇ ਨਾਲ ਕੀ ਆਪਣੀ ਮਾਂ ਦਾ ਕਤਲ ਕਰ ਦਿੱਤਾ ਤੇ ਉਹ ਕੀ ਆ ਉਸ ਦਾ ਆਪਣਾ ਆਪਣੀ ਮਾਂ ਦਾ ਦਿਲ ਲੈ ਕੇ ਉਹ ਉਸ ਮੁਟਿਆਰ ਦੇ ਵੱਲ ਭੱਜਿਆ ਦੌੜਿਆ ਗਿਆ ਜਿਸ ਲਈ ਉਸਨੇ ਆਪਣੀ ਮਾਂ ਦਾ ਦਿਲ ਕੱਢਿਆ ਸੀ ਉਥੋਂ ਊਚਾ ਨੀਵਾ ਰਾਹ ਵੀ ਨਾ ਸੋਚਿਆ ਵਿਚਾਰਿਆ ਠੇਡਾ ਲੱਗਾ ਡਿੱਗ ਪਿਆ ਮੁੰਦੜੇ ਮੂੰਹ ਜ਼ਮੀਨ ਉੱਤੇ ਕਹਿੰਦੇ ਅਚਾਨਕ ਹੀ ਉਹਨੂੰ ਦੌੜਦੇ ਦੌੜਦੇ ਨੂੰ ਉੱਚਾ ਨੀਵਾ ਰਸਤਾ ਵੀ ਨਾ ਦਿਸ਼ਿਆ ਦਿਸ਼ਿਆ ਕੁਝ ਵੀ ਨਾ ਦੇਖਿਆ ਉਹਨੇ ਅਚਾਨਕ ਉਹਨੂੰ ਠੋਕਰ ਲੱਗੀ ਤਾਂ ਉਹ ਮਾਂ ਦਾ ਪੁੱਤਰ ਹੈ ਜਿਹੜਾ ਉਹ ਜ਼ਮੀਨ ਦੇ ਉੱਪਰ ਮੁੱਦੇ ਮੂੰਹ ਡਿੱਗ ਪਿਆ ਤੇ ਉਸੇ ਹੀ ਵੇਲੇ ਉਹ ਮੁਠੀ ਵਿੱਚ ਫੜਿਆ ਹੈ ਜਿਹੜਾ ਦਿਲ ਹੈ ਮਾਂ ਦਾ ਤੜਫਣ ਲੱਗ ਪਿਆ ਉਸੇ ਵੇਲੇ ਮੁਠ ਵਿੱਚੋਂ ਦਿਲ ਇਹ ਪੁਕਾਰਿਆ ਤਾਂ ਉਹਦੀ ਮੁਠੀ ਦੇ ਵਿੱਚ ਜਿਹੜਾ ਮਾਂ ਦਾ ਦਿਲ ਫੜਿਆ ਸੀ ਉਹ ਤੜਫਣ ਲੱਗ ਪਿਆ ਲੱਖ ਲੱਖ ਵਾਰੀ ਤਿੱਥੋਂ ਵਾਰੇ ਜਾਵੇ ਅੰਬੜੀ ਇਹ ਸੱਟ ਤਾਂ ਨਹੀਂ ਲੱਗੀ ਮੇਰੇ ਬੱਚਿਆ ਪਿਆਰਿਆ ਕਵੀ ਕਹਿੰਦਾ ਹੈ ਕਿ ਜਦੋਂ ਉਸ ਮਮਤਾ ਦੀ ਮੂਰਤ ਮਾਂ ਦਾ ਦਿਲ ਲੈ ਕੇ ਪੁੱਤਰ ਉਸ ਹੋਣੀ ਰੂਪੀ ਮੋਤੀਆ ਦੇ ਕੋਲ ਦੌੜਿਆ ਜਾ ਰਿਹਾ ਸੀ ਤਾਂ ਉਹ ਅਚਾਨਕ ਜਿਹੜਾ ਕੀ ਹੈ ਠੋਕਰ ਖਾ ਕੇ ਮੁੱਦੇ ਮੂੰਹ ਡਿੱਗ ਪਿਆ ਸੀਗਾ ਤਾਂ ਡਿੱਗ ਪਿਆ ਸੀ ਜਮੀਨ ਉੱਤੇ ਡਿੱਗੋ ਹੈ ਪੁੱਤਰ ਨੂੰ ਦੇਖ ਕੇ ਮਾਂ ਦਾ ਦਿਲ ਜਿਹੜਾ ਤੜਫ ਉੱਠਿਆ ਅਤੇ ਜਿਹੜਾ ਸੇ ਪੁੱਤਰ ਸੀਗਾ ਪੁੱਤਰ ਦੀ ਮੁੱਠੀ ਵਿੱਚੋਂ ਦਿਲ ਬੋਲ ਉੱਠਿਆ ਮੇਰੇ ਪਿਆਰੇ ਪੁੱਤਰ ਜਿਵੇਂ ਕੋਈ ਬੱਚੇ ਦੇ ਛੱਟ ਲੱਗਦੀਆਂ ਹਨਾ ਮਾਂ ਆਪਣੇ ਕਲੇਜੀ ਤੇ ਨਾਲ ਭੱਜ ਕੇ ਆਪਣੇ ਪੁੱਤਰ ਨੂੰ ਲਾਉਂਦੀ ਹੈ ਵੀ ਪੁੱਤਰ ਤੇਰੇ ਛੱਟ ਤਾਂ ਨਹੀਂ ਲੱਗੀ ਕਿੰਨੇ ਛੱਟ ਲੱਗੀ ਦੁੱਖ ਤਾਂ ਨਹੀਂ ਲੱਗਦਾ ਮਾਂ ਆਪਣੇ ਪੁੱਤਰ ਨੂੰ ਐਵੇਂ ਦੁਲਾਰਦੀਆਂ ਨਾ ਤਾਂ ਇਸੇ ਤਰ੍ਹਾਂ ਮੁੱਠੀ ਦੇ ਵਿੱਚ ਜਿਹੜਾ ਮਾਂ ਦਾ ਦਿਲ ਸੀਗਾ ਉਹ ਦਿਲ ਵੀ ਤੜਫੁੱਟਿਆ ਮਾਂ ਦਾ ਵੀ ਪੁੱਤਰ ਤੂੰ ਨੀਚੇ ਮੁੰਡੇ ਮੁੰਡੇ ਪਿਆ ਤੇਰੇ ਕਿਤੇ ਛੱਟ ਤਾਂ ਨਹੀਂ ਲੱਗੀ ਹੈਗੀ ਇਹ ਮਾਂ ਤੇਰੇ ਤੋਂ ਲੱਖ ਲੱਖ ਵਾਰੀ ਸਦਕੇ ਤੇ ਕੁਰਬਾਨ ਜਾਂਦੀ ਹੈ ਸ਼ਰਫ ਜੀ ਇਹ ਹੌਂਸਲਾ ਹੈ ਮਾਂ ਦੇ ਪਿਆਰ ਦਾ ਹੀ ਪੁੱਤ ਹੱਥੋਂ ਮਰ ਕੇ ਵੀ ਮੋਹ ਨਹੀਂ ਵਿਸਾਰਿਆ ਇਹਦੇ ਵਿੱਚ ਮਾਂ ਕਹਿ ਰਹੀ ਹੈ ਵੀ ਮੇਰੇ ਪਿਆਰੇ ਬੱਚਾ ਤੈਨੂੰ ਕਿਤੇ ਸੱਟ ਤਾਂ ਨਹੀਂ ਲੱਗੀ ਕਬੀ ਇਹ ਕਹਿ ਰਿਹਾ ਵੀ ਇਹ ਮਾਂ ਦਾ ਹੀ ਹੌਂਸਲਾ ਹੈ ਜਿਹੜਾ ਕੀ ਹੈ ਪੁੱਤਰ ਦੇ ਹੱਥੋਂ ਮਰ ਕੇ ਵੀ ਮਾਂ ਨੇ ਆਪਣੇ ਜਿਹੜਾ ਮਨ ਦੇ ਵਿੱਚ ਪੁੱਤਰ ਦੇ ਪ੍ਰਤੀ ਮੋਹ ਸੀਗਾ ਉਹਨੂੰ ਭੁਲਾਇਆ ਨਹੀਂ ਹੈਗਾ ਠੀਕ ਹੈ ਬੇਟਾ ਇਹ ਤੁਸੀਂ